ਇਹ ਮਾਮਲਾ ਹੈ ਜੀ ਸ਼ਾਹਕੋਟ ਦਾ, ਜਿੱਥੇ ਸ਼ਨੀਵਾਰ ਨੂੰ ਜਨਮ ਅਸ਼ਟਮੀ ਵਾਲੇ ਦਿਨ ਇੱਕ ਮਹਿਲਾ ਹਸਪਤਾਲ 'ਚ ਡਿਲੀਵਰੀ ਲਈ ਆਈ ਤੇ ਇੱਕ ਦੋ ਨਹੀਂ ਬਲਕਿ ਇਕੱਠੇ ਹੀ ਤਿੰਨ ਪੁੱਤਾਂ ਦੀ ਮਾਂ ਬਣ ਗਈ। ਜੀ ਹਾਂ, ਜਿੱਥੇ ਹਸਪਤਾਲ 'ਚ ਇਸ ਘਟਨਾ ਤੇ ਸਟਾਫ, ਡਾਕਟਰਾਂ ਤੇ ਲੋਕਾਂ ਦਾ ਕਹਿਣਾ ਸੀ ਕਿ ਜਨਮ ਅਸ਼ਟਮੀ ਵਾਲੇ ਦਿਨ ਇਸ ਪਰਿਵਾਰ ਦੇ ਘਰ ਤਿੰਨ ਤਿੰਨ ਕ੍ਰਿਸ਼ਨ ਭਗਵਾਨਾਂ ਦਾ ਜਨਮ ਹੋਇਆ ਤੇ ਸੁੱਖ ਦੀ ਗੱਲ ਤਾਂ ਇਹ ਹੈ ਕਿ ਤਿੰਨੋਂ ਬੱਚੇ ਬਿਲਕੁਲ ਸਹੀ ਸਲਾਮਤ ਨੇ ਤੇ ਮਾਂ ਵੀ ਬਿਲਕੁਲ ਠੀਕ ਹੈ, ਜੋ ਆਪਣੇ ਨਵ ਜੰਮੇ ਪੁੱਤਾਂ ਨਾਲ ਹਸਪਤਾਲ ਦੇ ਬੈੱਡ ਤੇ ਪਈ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਹਸਪਤਾਲ 'ਚ ਡਾਕਟਰ ਦਾ ਕਹਿਣਾ ਸੀ ਕਿ 19 ਸਾਲ ਬਾਅਦ ਇੰਜ ਇਕੱਠੇ ਕਿਸੇ ਦੇ ਘਰ ਤਿੰਨ ਪੁੱਤਾਂ ਦਾ ਜਨਮ ਹੋਇਆ। ਹੁਣ ਆਓ ਤੁਹਾਨੂੰ ਮਿਲਵਾਉਂਦੇ ਹਾਂ ਹਸਪਤਾਲ 'ਚ ਡਾਕਟਰ ਸਾਹਿਬਾ ਦੇ ਨਾਲ ਤੇ ਤੁਸੀਂ ਵੀ ਸੁਣੋ ਉਹਨਾਂ ਦਾ ਇਸ ਤੇ ਕੀ ਕਹਿਣਾ ਸੀ। ਹਾਂਜੀ, ਮਾਈਸੈਲਫ ਡਾਕਟਰ ਸੀਮਾ ਬੇਰੀ ਔਰ ਹਾਂ, ਅੱਜ ਸਾਡੇ ਹੋਸਪਿਟਲ ਵਿੱਚ ਪੇਸ਼ੈਂਟ ਸ਼ਾਹਕੋਟ ਵੱਲੋਂ ਆਇਆ ਸੀ ਔਰ ਇਹਦੀ ਡਿਲੀਵਰੀ ਕੀਤੀ ਗਈ ਹੈ ਔਰ ਇਹਦੇ ਤਿੰਨ ਬੱਚੇ ਪੈਦਾ ਹੋਏ ਹੈ, ਤਿੰਨੋਂ ਬੱਚੇ ਸਵਸਥ ਹੈ ਔਰ ਮਾਂ ਵੀ ਠੀਕ ਹੈ। ਇਸ ਗੱਲ ਦੀ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਔਰ ਤਿੰਨੋਂ ਲੜਕੇ ਹੈਗੇ ਹੈ ਔਰ ਉਸ ਕਰਕੇ ਸਾਡੇ ਬੜੇ ਅਸੀਂ ਮਤਲਬ ਐਂਥੂਜ਼ਿਆਸਟਿਕ ਹਾਂ, ਮੈਂ ਔਰ ਮੇਰਾ ਸਟਾਫ ਵੀ। ਸਭ ਦੇ ਇਹੀ ਕਹਿਣਾ ਕਿ ਜੀ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਤਿੰਨ ਕ੍ਰਿਸ਼ਨ ਭਗਵਾਨ ਦਾ ਜਨਮ ਹੋਇਆ ਅਤੇ ਇਸ ਕਰਕੇ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਪੇਸ਼ੈਂਟ ਵੀ ਸਾਡੇ ਬਹੁਤ ਖੁਸ਼ ਹੈ ਔਰ ਅਸੀਂ ਵੀ ਸਾਡੇ ਅੱਗੇ ਜਿਹੜੇ ਹਾਂ ਦੋ ਦੋ ਬੇਬੀ ਕਾਮਨ ਹੈ, ਤਿੰਨ ਬੱਚੇ ਹੋਣਾ ਕੋਈ ਜ਼ਿਆਦਾ ਕਾਮਨ ਗੱਲ ਨਹੀਂ ਹੈਗੀ। ਅੱਜ ਤੋਂ ਬਹੁਤ 19 ਸਾਲ ਪਹਿਲਾਂ 2000 ਜਦੋਂ ਸਟਾਰਟ ਹੋਇਆ ਸੀ ਉਦੋਂ ਇੱਕ ਵਾਰੀ ਮੇਰੇ ਹੋਸਪਿਟਲ 'ਚ ਤਿੰਨ ਬੱਚੇ ਇਕੱਠੇ ਪੈਦਾ ਹੋਏ ਸੀ ਔਰ ਅੱਜ 19 ਸਾਲ ਬਾਅਦ ਦੁਬਾਰਾ ਚਾਂਸ ਆਇਆ। ਬਾਕੀ ਟਵਿੰਸ ਤਾਂ ਖੈਰ ਬਹੁਤ ਹੁੰਦੇ ਹੀ ਰਹਿੰਦੇ ਆ ਤਕਰੀਬਨ। ਉੱਥੇ ਬੱਚਿਆਂ ਦਾ ਪਿਤਾ ਵੀ ਇਸ ਮੌਕੇ ਹਸਪਤਾਲ 'ਚ ਬੜਾ ਖੁਸ਼ ਨਜ਼ਰ ਆਇਆ, ਜਿਸ ਦਾ ਕਹਿਣਾ ਸੀ ਕਿ ਉਸਦੇ ਘਰ ਤਿੰਨ ਕ੍ਰਿਸ਼ਨ ਭਗਵਾਨ ਜੰਮੇ ਨੇ ਤੇ ਜੇ ਤਿੰਨ ਰਾਧਾ ਵੀ ਹੁੰਦੀਆਂ ਤਾਂ ਉਸਨੂੰ ਤਾਂ ਵੀ ਕੋਈ ਫਰਕ ਨਹੀਂ ਸੀ ਪੈਣਾ, ਦੋਵੇਂ ਹੀ ਬਰਾਬਰ ਨੇ। ਸਭ ਤੋਂ ਪਹਿਲੇ ਤਾਂ ਮੈਂ ਇਹ ਬਤਾਉਣਾ ਚਾਹੁੰਦਾ ਹਾਂ ਕਿ ਟਵਿੰਸ ਬੇਬੀ ਤੋਂ ਕਾਮਨ ਹੈ, ਬਟ ਟ੍ਰਿਪਲੇਟ ਜਬ ਮੈਂ ਵੀ ਸੁਣਾ ਤਾਂ ਸੌਕਡ ਹੋ ਗਿਆ ਥਾ ਕਿ ਕੈਸੇ ਮੈਨੇਜ ਕਰੇਂਗੇ ਬਿਕੋਜ਼ ਹਾਈਟ ਐਂਡ ਵੇਟ ਕੀ ਵਜ੍ਹਾ ਸੇ, ਬਟ ਜੋ ਫੋਰਚੁਨੇਟਲੀ ਸਭ ਠੀਕ ਹੀ ਹੁਆ ਐਂਡ ਬਹੁਤ ਹੀ ਡਰੇ ਥੇ ਕਿਆ ਬਤਾਇਆ, ਦੂਸਰੇ ਹੋਸਪਿਟਲ ਮੇਂ ਵੀ ਦਿਖਾਇਆ ਬਟ ਉਹਨਾਂ ਨੇ ਬਤਾਇਆ ਕਿ ਬੱਚਾ ਕਮਜ਼ੋਰ ਹੋ ਸਕਤੇ ਹੈ, ਐਸਾ ਕੁਛ ਬਤਾਇਆ, ਬਟ ਠੀਕ ਹੈ। ਅਬ ਤੋ ਮੈਸੇਜ ਤਾਂ ਇਹੀ ਹੈ ਜੋ ਕਿਸਾ ਨੇ, ਬਟ ਰਾਧਾ ਵੀ ਹੋਤੇ ਫਿਰ ਵੀ ਮੁਝੇ ਕਬੂਲ ਥਾ, ਅਭੀ ਵੀ ਹੈ ਔਰ ਠੀਕ ਹੈ। ਇਹੀ ਹੈ ਐਸਮੈਸ, ਇਹੀ ਸਭ ਕੇ ਲਈ ਐਸਮੈਸ ਕਿ ਲੜਕਾ ਲੜਕੀ ਮੈਂ ਕਦੇ ਫਰਕ ਨਾ ਰੱਖੇ, ਤਿੰਨ ਕਿਸਨ ਹੋਏ ਮੈਂ ਰਾਧਾ ਵੀ ਹੋਤੇ ਫਿਰ ਵੀ ਐਕਸੈਪਟ ਥਾ ਮੁਝੇ। ਹੁਣ ਜੋੜੇ ਬੱਚੇ ਤਾਂ ਬੜੀ ਵਾਰ ਤੁਸੀਂ ਦੇਖੇ ਹੋਣੇ ਸੁਣੇ ਹੋਣੇ, ਪਰ ਇੰਜ ਇੱਕੋ ਮਾਂ ਦੀ ਕੁੱਖੋਂ ਇੱਕੋ ਸਮੇਂ ਤਿੰਨ ਪੁੱਤਾਂ ਦੇ ਜਨਮ ਦੀ ਖਬਰ ਮਿਲਣ ਦੇ ਬਾਅਦ ਹਸਪਤਾਲ ਦੇ ਮਰੀਜ਼ ਕੀ, ਸਟਾਫ ਕੀ, ਸਭ ਬੱਚਿਆਂ ਨੂੰ ਦੇਖਣ ਲਈ ਆ ਰਹੇ ਨੇ, ਪਰਿਵਾਰ ਨੂੰ ਵਧਾਈਆਂ ਦੇ ਰਹੇ ਨੇ ਤੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਭੋਗਪੁਰ ਤੋਂ ਹੁਸਨ ਲਾਲ ਦੀ ਰਿਪੋਰਟ, ਡੇਲੀ ਪੋਸਟ। ਸਤਿ ਸ਼੍ਰੀ ਅਕਾਲ, ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ, ਯੂ نو SDS ਨਾਨ SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।